ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਹੁਸੈਨ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹੁਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਕਿ ਮੈਂ ਰੋਜ਼ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦਾ, ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਦੋਸਤਾਂ ਨਵੀਂ ਤੋਂ ਨਵੀਂ ਚੀਜ਼ ਲਿਆ ਕੇ ਦੇਵਾਂ, ਭਾਵੇਂ ਮੈਨੂੰ ਜਿੰਨਾ ਮਰਜ਼ੀ ਸਫ਼ਰ ਕਰਨਾ ਪਵੇ। ਅਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ, ਇੱਕ ਮੱਝ ਦੀ, ਮੇਰੀ ਖੱਬੀ ਸਾਈਡ 'ਤੇ ਇੱਕ ਮੱਝ ਖੜੀ ਹੈ। ਹੁਣ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਉਂਦਾ ਮੱਝ, ਬਾਕੀ ਗੱਲਾਂ ਬਾਤਾਂ ਪੁੱਛਾਂਗੇ ਸਾਰੀਆਂ ਮਾਲਕ ਕੋਲੋਂ। ਕੈਮਰਾਮੈਨ ਸਾਹਿਬ ਥੱਲੀ ਨਾਲ ਮੱਝ ਦਿਖਾਓ। ਇਹ ਭਾਅ ਜੀ ਮੱਝ ਹੈ, ਬਾਕੀ ਗੱਲਾਂ ਪੁੱਛਾਂਗੇ ਸਾਰੀਆਂ ਮਾਲਕ ਕੋਲੋਂ ਕਿ ਇਹ ਮੱਝ ਦਾ ਕੀ ਹਿਸਾਬ ਕਿਤਾਬ ਹੈ, ਕੀ ਗੱਲ ਬਾਤ ਹੈ। ਥੋੜ੍ਹਾ ਜਿਹਾ ਟਰਾ ਫਰਾ ਲਓ ਜੀ ਇਹਨੂੰ ਮੱਝ ਨੂੰ, ਹਾਂ ਕਰਮਾ ਵਾਲੀ ਲਾਓ ਜੀ ਇਹਨੇ ਥੱਲੀ ਨਾਲ, ਸਲੀ ਨਾਲ ਲਾਓ ਇਹਦੇ ਬਹਾਨੇ 'ਤੇ, ਅੱਗੇ ਪਿੱਛੇ ਸਲੀ ਨਾਲ ਸਾਈਡ 'ਤੇ ਵੀ ਲਾਓ ਜੀ। ਇਹ ਮੱਝ ਮੈਂ ਖਿਲਾ ਵੀ ਲਈ ਜੀ, ਟੁਰਾ ਵੀ ਲਈ ਥੋੜ੍ਹੀ ਜੀ, ਤਾਂ ਕਿ ਕੋਈ ਲੰਗ ਛੰਗ ਮਾਰਦੀ ਹੋਵੇ ਜਾਂ ਪੈਰ 'ਚ ਕੰਡਾ ਛੰਡਾ ਵੱਜਿਆ ਹੋਵੇ, ਆਪਾਂ ਤਸੱਲੀ ਕਰਵਾ ਦਿੰਦੇ ਹਾਂ ਭਰਾਵਾਂ ਦੀ ਸਾਰੀ। ਚੰਗੀ ਤਰ੍ਹਾਂ ਵਿਖਾਓ ਕੈਮਰਾਮੈਨ ਸਾਹਿਬ, ਸਾਈਡ 'ਤੇ ਲਾਇਆ ਕਰੋ, ਸਾਈਡ 'ਤੇ ਵੀ ਬਹਾਨਾ ਵਿਖਾਇਆ ਕਰੋ ਸਲੀ ਨਾਲ। ਲਿਓ ਜੀ ਪਿੱਛੇ ਪਾਈ, ਉਹ ਪੂਰਾ ਪਿੱਛੇ ਲਿਓ, ਇੰਨਾ ਬੜਾ ਹੁੰਦਾ। ਇਹ ਮੱਝ ਹੈ ਜੀ, ਬਾਕੀ ਗੱਲਾਂ ਕਰਾਂਗੇ ਮਾਲਕ ਨਾਲ ਕਿ ਸੂਈ ਹੋਈ ਕਿ ਸੁਵਣ ਵਾਲੀ ਹੈ, ਕਿਨਵੇਂ ਸੂਵੇ, ਕਿੰਨਾ ਦੁੱਧ ਕਰ ਰਹੀ ਹੈ, ਇਹ ਗੱਲਾਂ ਕਰਨੇ ਆਪਾਂ ਮਾਲਕ ਨਾਲ। ਸਾਰੀਆਂ ਗਰੰਟੀਆਂ ਲੈਣੀਆਂ ਨੇ ਮਾਲਕ ਕੋਲੋਂ। ਇਹ ਮੱਝ ਹੈ ਜੀ, ਬੰਨ੍ਹ ਕੇ ਲਾਓ ਕੈਮਰਾਮੈਨ ਸਾਹਿਬ ਸਲੀ ਨਾਲ, ਤਾਂ ਕਿ ਕੋਈ ਚੀਜ਼ ਮੇਰੇ ਭਾਈ ਇਹ ਨਾ ਆਖਣ ਕਿ ਭਾਈ ਮਦਰ ਤੂੰ ਪੂਰੀ ਚੀਜ਼ ਵਿਖਾਈ ਨਹੀਂ ਯਾਰ, ਜਦੋਂ ਮਜ਼ਾ ਆਉਣ ਲੱਗਦਾ ਤੇਰੀ ਵੀਡੀਓ ਮੁੱਕ ਜਾਂਦੀ। ਇਹ ਮੇਰਾ ਕੈਮਰਾਮੈਨ ਤੁਹਾਨੂੰ ਸਭ ਕੁਝ ਦਿਖਾ ਰਿਹਾ ਜੀ, ਔਰ ਤੁਸੀਂ ਵੇਖ ਰਹੇ ਹੋ। ਇਹ ਮੱਝ ਹੈ ਜੀ, ਬਾਕੀ ਗੱਲਾਂ ਬਾਤਾਂ ਕਰਨੀਆਂ ਸਾਰੀਆਂ ਮਾਲਕ ਨਾਲ। ਇਹ ਦਾ ਬੱਚਾ ਹੈ ਜੀ, ਇਹ ਮਾਲਕ ਕੋ ਪੁੱਛਣੇ ਕਿ ਪਿੱਛੇ ਕੱਟੀ ਹੈ, ਕੱਟਾ ਕੀ ਹਿਸਾਬ ਕਿਤਾਬ ਹੈ। ਇਹ ਦਾ ਬੱਚਾ ਜੀ, ਇੱਕ ਅੱਧੇ ਦਿਨ ਦੀ ਸੂਈ ਮੇਰੇ ਖਿਆਲ ਹੈ। ਸਲੀ ਨਾਲ ਵਿਖਾ ਦਿਓ ਨਾ, ਸਲੀ ਨਾਲ ਸਲੀ ਨਾਲ ਵਿਖਾ ਦਿਓ ਤੁਸੀਂ, ਉਰੇ ਹੋ ਜਾਓ ਭਾਈ। ਇਹ ਬੰਨ੍ਹ ਕੇ ਕੈਮਰਾ ਲਾ ਦਾ ਸਲੀ ਨਾਲ, ਤਾਂ ਕਿ ਮੱਝ ਨਾ ਬਿਲਕੁਲ ਨਾ ਵਿੱਚ ਪੂਰੀ ਆਵੇ। ਇਹਦਾ ਮੂੰਹ ਮਾਂ ਸਾਰਾ ਕੁਛ, ਮੂੰਹ ਮੱਥਾ ਸਲੀ ਨਾਲ ਦਿਖਾਓ, ਸਾਈਡ ਤੋਂ ਬਾਨੇ ਤੋਂ ਲਾਓ ਮਾੜਾ ਜਿਹਾ, ਨੀਵਾਂ ਕਰਕੇ ਲਾ ਲਿਆ ਕਰੋ ਨਾ, ਇਸ ਤਰ੍ਹਾਂ ਇਸ ਤਰ੍ਹਾਂ। ਇਹ ਮੇਰਾ ਕੈਮਰਾਮੈਨ ਤੁਹਾਨੂੰ ਸਭ ਕੁਝ ਦਿਖਾ ਰਿਹਾ ਜੀ, ਔਰ ਤੁਸੀਂ ਦੇਖ ਰਹੇ ਹੋ। ਇਹ ਮੱਝ ਹੈ ਜੀ, ਹੈਂ ਆਓ ਹਾਂ ਭਾਅ ਜੀ, ਕਿਹਨੇ ਗੱਲ ਕਰਨੀ, ਤੁਸੀਂ ਸਾਈਡ ਤੋਂ ਹੋ ਜਾਓ ਭਾਅ ਜੀ, ਜਿਹਨੇ ਗੱਲ ਕਰਨੀ ਇੱਧਰ ਆਓ ਜੀ। ਅਸਲਾਮੁ ਅਲੈਕੁਮ, ਕੀ ਨਾਂ ਹੈ ਭਾਈ? ਉੱਚੀ ਬੋਲੋ। ਭਾਈ ਮੰਮਾ ਦਾ ਸੁਨੈਣ, ਇਹ ਤੁਹਾਡੀ ਮੱਝ ਵੇਖੀ ਹੈ, ਕਿੰਨੇ ਸੂਬੇ ਭਾਈ? ਦੂਸਰੇ ਸੂਬੇ। ਅੱਛਾ ਦੂਸਰੇ ਸੂਬੇ, ਇਹਦੇ ਪਿੱਛੇ ਕੀ? ਇਹਦੇ ਪਿੱਛੇ ਕੱਟਾ ਹੈ ਜੀ। ਅੱਛਾ ਕੱਟਾ ਹੈ, ਕਦੋਂ ਸੂਈ ਹੈ? ਇਹ ਕੱਲ੍ਹ ਸੂਈ ਹੈ। ਅੱਛਾ ਕੱਲ੍ਹ ਸੂਈ ਹੈ, ਅਤੇ ਇਹ ਦੁੱਧ ਕਿੰਨਾ ਕਰ ਰਹੀ ਫਾਈਨਲ ਭਾਈ? ਇਹ ਜੀ 16 ਕਿਲੋ ਇਸ ਬੌਲੀ ਕੱਢੀ ਹੈ। 16 ਲੀਟਰ ਬੌਲਾ ਦਿੱਤਾ? ਹਾਂਜੀ, ਪਹਿਲਾ ਬੌਲਾ, ਪਹਿਲਾ ਬੌਲਾ। ਅੱਛਾ, ਇਹ ਅੱਲਾ ਦੇ ਹੁਕਮ ਨਾਲ 18-19 ਕਿਲੋ ਦੁੱਧ ਦੇਵੇਗੀ ਇਸ ਟਾਈਮ, ਇਸ ਕੋਲ 10। ਅੱਛਾ 18-19 ਕਿਲੋ ਦੁੱਧ ਕਰੇਗੀ? ਹਾਂਜੀ ਕਰੇ। ਠੀਕ ਹੋ ਗਿਆ, ਕੱਲ੍ਹ ਦੀ ਸੂਈ? ਕੱਲ੍ਹ ਦੀ ਸੂਈ। ਅੱਛਾ ਕੱਲ੍ਹ ਦੀ ਸੂਈ ਹੈ, ਅਤੇ ਇਹਦੇ ਫਾਈਨਲ ਜਿਹੜੇ ਪੈਸੇ ਆਪਾਂ ਲੈ ਲੈਣੇ ਨੇ ਉਹ ਕਿੰਨੇ ਨੇ ਭਾਈ? 4 ਲੱਖ ਰੁਪਏ। ਉੱਚੀ ਬੋਲ ਥੋੜ੍ਹਾ ਜਿਹਾ। 4 ਲੱਖ ਵੀਰ। ਅੱਛਾ 4 ਲੱਖ ਵੀਰ। ਅੱਛਾ, ਇਹਦੇ ਵਿੱਚ ਪਿਆਰ ਮੁਹੱਬਤ ਕੋਈ ਹੈ? ਪਿਆਰ ਮੁਹੱਬਤ ਤੁਹਾਡੇ ਨਾਲ ਕਰ ਦਿੱਤਾ ਸਾਰਾ ਕੁਛ। ਪਿਆਰ ਮੁਹੱਬਤ ਹੈ ਵਿੱਚ ਕੁਛ ਸ਼ਾਮਲ, ਕੁਛ ਛੱਡੇਗਾ ਨਾ ਕਿਰਾਇਆ ਸ਼ਰਾਇਆ? ਉਹ ਤਾਂ ਮੋੜ ਜਦੋਂ ਸੌਦਾ ਕੀਤਾ ਉਦੋਂ ਪਿਆਰ ਮੁਹੱਬਤ ਪਾਵੇਂਗਾ ਥੋੜ੍ਹਾ ਬਹੁਤਾ? ਮੇਰਾ ਦੋਸਤ ਕਹਿ ਰਿਹਾ ਜੀ ਪਿਆਰ ਮੁਹੱਬਤ ਵਿੱਚ ਸ਼ਾਮਲ ਹੈ। ਮੈਂ ਉਮੀਦ ਕਰਨਾ ਦੋਸਤੋ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਵੇਗੀ, ਅਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਦੇ ਬਟਨ 'ਤੇ ਮਾਰੋ ਹੱਥ, ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ, ਤੁਸੀਂ ਵੇਖ ਸਕੋ। ਨੰਬਰ ਮੇਰਾ 0304-79-7076। ਅਗਰ ਕਿਸੇ ਨੂੰ ਮੇਰੇ ਭਾਈ ਨੂੰ ਇਹ ਜਾਨਵਰ ਪਸੰਦ ਆ ਜਾਵੇ ਤਾਂ ਮੇਰੇ ਨਾਲ ਕਰ ਲਵੇ ਰਾਬਤਾ, ਆਪਾਂ ਇਹ ਜਾਨਵਰ ਰੋਕ ਲਾਂਗੇ। ਮਿਲਦੇ ਹਾਂ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ।